ਕੁਝ ਐਸੇ ਹੈ ਕਿ ਮੇਰੇ ਸਾਥ ਜਿਸ ਭਾਈ ਕੋ ਆਪ ਦੇਖ ਰਹੇ ਨੇ ਇਨਕਾ ਨਾਮ ਸ਼ੌਕਤ ਅਲੀ ਹੈ ਜਿੰਨਕੋ ग्राउंडों के अंदर शौकत सांपों वाले के नाम से जो है वो पुकारा जाता है नाजी इनकी स्टोरी कुछ यूं है कि इनका जो ताल्लुक़ है वो खाना बरतोज फैमिली से है और आप जानते हैं कि खाना बरतोज फैमिली जो है वो लोगों की जो बरातें हैं वहाँ से जो है वो पैसे लूट लेना या इसी तरह के जो मुख्तफ काम है वो कर लेना लेकिन आज शौकत जो है वो पाकिस्तान का बल्कि नहीं पूरी दुनिया का सुपर स्टार बना हुआ है ये कहानी कैसी है आइए इनसे गुफ्तगू करते हैं इनके से जो है गुफर करने जानते हैं वालेकुम जी सलाम भाई क्या हाल चाल है ਬੇਨਾ ਸ਼ੁਕਰ ਦੁਆ ਮਤਾਨੀ ਅਜੇ ਵੀ ਇਹਨੂੰ ਦੱਸੋ ਕਿਹਾ ਵਾਕੀ ਤੁਸੀਂ ਖਾਣਾ ਬਦੋਸ਼ ਸ਼ਾਮ ਦੇ ਨਾਲ ਤਲਪਰਾ ਖਾਦੇ ਸੀ ਹਾਂਜੀ ਭਾਈ ਤੇ ਕਿਸ ਤਰ੍ਹਾਂ ਯਾਨੀ ਕਿ ਵਕਤ ਚੇਂਜ ਹੋਇਆ ਤੁਸੀਂ ਪਹਿਲੇ ਕੀ ਕਰਦੇ ਸੀ ਅੱਜ ਯਾਨੀ ਕਿ ਫਿਰ ਤੁਸੀਂ ਅਜੇ ਇੱਕ ਸਟਾਰ ਬਣ ਗਏ ਹੋ ਕਿਸ ਤਰ੍ਹਾਂ ਇਹ ਵਕਤ ਆ ਗਿਆ ਬਿਲਹੋਂਦਾ ਵਕਤ ਬੰਦੇ ਤੇ ਸਹੀ ਤੇ ਕਬੱਡੀ ਤੋਂ ਕਰਦੇ ਸੀ ਤੁਸੀਂ ਪਹਿਲੇ ਕਬੱਡੀ ਤੋਂ ਪਹਿਲੇ ਪਈ ਤਿਆਰੀ ਵੀ ਕਰ ਲਈਦੀ ਸਹੀ ਬਰਾਤਾਂ ਵੀ ਚੁਗ ਲਈਦੀ ਸਹੀ ਹਾਂਜੀ ਤੇ ਜਦੋਂ ਬਰਾਤਾਂ ਯਾਨੀ ਕਿ ਚੋਗਦੇ ਸੀਗੇ ਤੇ ਉਹ ਤੁਹਾਨੂੰ ਯਾਨੀ ਕਿ ਹਿਜਕ ਮਹਿਸੂਸ ਨਹੀਂ ਸੀ ਹੁੰਦੀ ਕਿ ਆਰ ਮੈਂ ਕੀ ਕਰ ਰਿਹਾ ਹਾਂ ਹੁੰਦੀ ਸੀ ਵੀ ਨਹੀਂ ਇਹ ਕੰਮ ਨਹੀਂ ਸਹੀ ਹੈਗਾ ਅੱਛਾ ਕਿੰਨੀ ਉਮਰ ਤੱਕ ਯਾਨੀ ਕਿ ਤੁਸੀਂ ਉਹ ਬਰਾਤਾਂ ਲੁੱਟਣ ਦਾ ਕੰਮ ਕਰਦੇ ਰਹੇ 14-15 ਸਾਲ ਦੀ 14-15 ਸਾਲ ਹਾਂਜੀ ਤੇ ਕਬੱਡੀ ਸ਼ੁਰੂ ਕੀਤੀ ਨੂੰ ਕਿੰਨੀ ਦੇਰ ਹੋ ਗਈ ਤੁਹਾਨੂੰ ਮੈਨੂੰ 7-8 ਸਾਲ ਹੋ ਗਏ ਪਹਿਲੇ 7-8 ਸਾਲ 7-8 ਸਾਲ ਦੇ ਫਿਰ ਤੁਸੀਂ ਚੇਂਜ ਕੀਤਾ ਜਾਂ ਫਿਰ ਵਕਤ ਆਇਆ ਕਿ ਤੁਸੀਂ ਦੁਬਾਰਾ ਗਏ ਬਰਾਤਾਂ ਤੇ ਨਹੀਂ ਭਾਈ ਫਿਰ ਰੱਬ ਨੇ ਨਹੀਂ ਇਹ ਮਕਾਮ ਆ ਦਿੱਤਾ ਰੱਬ ਨੇ

ਜਿਸ ਟਾਈਮ ਤੁਹਾਡੀ ਵਾਲਦ ਤੇ والدہ ਹਿਆਰ ਸੀਗੇ ਉਸ ਟਾਈਮ ਤੁਹਾਡਾ ਕੀ ਰੁਚੀ ਸੀਗਾ ਕਬੱਡੀ ਦੇ ਵਿੱਚ ਉਹਦਾ ਭਾਈ ਇਦਾਂ ਮਸ ਮਾੜਾ ਮੋਟਾ ਨਾਮ ਰੱਬ ਨੇ ਦਿੱਤਾ ਹੈ ਹੀ ਸੋ ਦਿੱਤੀ ਰੱਬ ਨੇ ਮਰਵਾ ਦਿੱਤੀ ਅੱਛਾ ਇਹ ਕਹਿੰਦੇ ਵੀ ਜਦੋਂ ਸਮ ਕਬੱਡੀ ਖੇਲਣੀ ਹੋਵੇ ਤੇ ਉਹਦੇ ਵਾਸਤੇ ਤਾਂ ਕਾਫੀ ਜ਼ਿਆਦਾ ਯਾਨੀ ਕਿ ਖਰਚਾ ਔਰ ਖੁਰਾਕ ਚਾਹੀਦੀ ਤੇ ਤੁਸੀਂ ਫਿਰ ਘਰ ਨੂੰ ਕਿਸ ਤਰ੍ਹਾਂ ਮੈਨੇਜ ਕਰਦੇ ਸੀ ਭਾਈ ਵੇਲੇ ਤੁਹਾਡੇ ਸਾਹਮਣੇ ਭਾਈ ਕਰਦਾ ਵੀ ਮਾੜਾ ਮੋਟਾ ਕਰ ਲੈਂਦਾ ਸੀ ਸਹੀ ਤੇ ਕਿੰਨੀ ਕੀ ਜੋਗੇ ਹੀ ਘਰ ਵੀ ਦੇਈਂ ਦੇ ਆਪ ਵੀ ਖਰਚਾ ਖੁਦ ਮਾੜਾ ਮੋਟਾ ਕਰ ਲੈਂਦਾ ਹੀ ਭਾਈ ਸਹੀ ਨਹੀਂ ਭਈ ਜ਼ਿਆਦਾ ਤੇਰੇ ਖਾਣਾ ਬਤੋਚੇਂਦੇ ਹੋ ਆਪਣੇ ਯਾਨੀ ਕਿ ਕੰਮ ਨਾਲ ਤਲਕ ਰੱਖਦੇ ਆ ਤੁਸੀਂ ਫਿਰ ਇੱਧਰ ਕਿਸ ਤਰ੍ਹਾਂ ਆ ਗਏ ਕਿਸ ਤਰ੍ਹਾਂ ਤੁਹਾਨੂੰ ਸ਼ੌਕ ਪੈ ਗਿਆ ਕਬੱਡੀ ਦਾ ਮੈਂ ਪਈ ਆਪਣੇ ਉਸਤਾਦ ਕੋਲ ਚੱਲ ਗਿਆ ਹੁਸਤਾਦ ਜਿਹੜਾ ਮਸਤਾਦ ਫੜਾ ਕਬੱਡੀ ਚ ਸਹੀ ਸਹੀ ਇਮਤੀਆਜ਼ ਆलम ਸੀ ਉਸਤਾਦ ਮੇਰਾ ਉਹਨੇ ਮੇਰੇ ਤੇ ਬਹੁਤ ਵੱਡਾ ਆਸਾਨ ਕੀਤਾ ਤੇ ਉੰਦੀ ਭਾਈ ਬੜੇ ਜੀ ਸ਼ੁਕਰਗੁਜ਼ਾਰ ਆ ਆਪਣੇ ਉਸਤਾਦ ਦੇ ਅੱਛਾ ਜੇ ਤੁਸੀਂ ਆਪਣੇ ਉਸਤਾਦ ਦੇ ਕੋਲੇ ਜਾਂਦੇ ਹੋ ਉਹਨਾਂ ਨੇ ਤੁਹਾਨੂੰ ਨਹੀਂ ਆਖਿਆ ਕਿ ਯਾਰ ਤੂੰ ਇੱਕ ਯਾਨੀ ਕਿ ਜਾਮਪੜੀ ਆ ਜਾਂ ਖਾਨਾ ਬਤੋਸਨਲ ਤੇਰਾ ਤਾਲੁਕ ਆ ਤੇ ਇਹ ਉਹ ਲੋਕ ਨਹੀਂ ਖੇਲਦੇ ਉਹਨਾਂ ਨੇ ਇਸ ਤਰ੍ਹਾਂ ਦਾ ਇਸ਼ਾਰਾ ਨਹੀਂ ਕੀਤਾ ਨਹੀਂ ਭਾਈ ਮੇਰੇ ਉਸਤਾਦ ਨੇ ਮੈਨੂੰ ਇਹ ਗੱਲ ਨਹੀਂ ਕੀਤੀ ਅੱਛਾ ਮੇਰੇ ਉਸਤਾਦ ਨੇ ਸਗੋਂ ਮੈਨੂੰ ਪਿਆਰ ਦਿੱਤਾ ਸਹੀ ਠੀਕ ਹੈ ਨਾ ਮੈਨੂੰ ਆਪਣੇ ਬੱਚਿਆਂ ਦੀ ਦੁਪਾਲਿਆ ਸਾਂਭਿਆ ਤੇ ਬੜਾ ਸ਼ੁਕਰਗੁਜ਼ਾਰ ਆ ਆਪਣੇ ਉਸਤਾਦ ਦਾ ਬਹੁਤ ਜ਼ਿਆਦਾ ਕਿਉਂਕਿ ਮੈਨਾਂ ਜੇ ਨਵੀਂ ਜ਼ਿੰਦਗੀ ਦਿੱਤੀ ਮੇਰੇ ਉਸਤਾਦ ਨੇ ਦਿੱਤੀ ਹੈ ਸਹੀ ਹਾਂਜੀ ਇਸ ਟਾਈਮ ਤੁਸੀਂ ਆਪਣੇ ਉਸਤਾਦ ਦੇ ਕੋਲੇ ਗਏ ਸੀਗੇ ਤੇ ਕਿਸ ਤਰ੍ਹਾਂ ਉਹਨਾਂ ਨੂੰ ਯਾਨੀ ਕਿ ਤੁਸੀਂ ਮਨਾਇਆ ਇਸ ਦੇ ਵਿੱਚ ਭਈ ਉਸਤਾਦ ਵੀ ਤਨ ਉਹ ਉਸਤਾਦ ਉਸਤਾਦ ਹੀ ਹੁੰਦੇ ਆ ਤੇ ਸ਼ਾਇਦ ਮੇਰੇ ਉਸਤਾਦ ਨੇ ਸਮਝ ਲਵੇ ਕਿ ਸ਼ਾਇਦ ਰੱਬ ਦੀ ਜ਼ਰਿੰਦੀ ਵੀ ਸੁਣ ਲਵੇ ਸਹੀ ਤੇ ਮੈਂ ਜਾ ਕੇ ਉਸਤਾਦ ਤੋਂ ਅਲ ਸ਼ਰਕੇ ਤੇ ਪਿਆ ਜਾ ਕੇ ਉਸਤਾਦ ਨੇ ਮੈਨੂੰ ਇਸ ਨੋਬਤ ਤੇ ਕਰ ਬਜਾਇਆ ਅੱਛਾ ਜਿਸ ਟਾਈਮ ਯਾਨੀ ਕਿ ਤੁਹਾਡਾ ਮੇਨ ਆਥਾ ਹੈ ਨਾ ਮੇਰੇ ਉਸਤਾਦ ਦਾ ਮੇਰੇ ਪਿੱਛੇ ਸਹੀ ਮੇਰੇ ਉਸਤਾਦ ਦਾ ਕਿ ਮਤਲਬ ਨਾ ਮੇਰਾ ਉਸਤਾਦ ਹੁੰਦਾ ਮੈਂ ਨਾ ਉਸਤਾਦ ਗੁਲਜੰਦਾ ਨਾ ਮੇਰਾ ਉਸਤਾਦ ਮੈਨੂੰ ਇਸ ਨੌਬਤ ਤੇ ਕਰਪ ਚੁੰਦਾ ਉਸਤਾਦ ਕੋਲ ਗਏ ਉਸਤਾਦ ਨੇ ਸਭ ਕੁਝ ਦਿੱਤਾ ਵਾ ਮੈਂ ਇਹ ਗੱਲ ਹੁੰਦੀ ਜਿਹੜਾ ਬੰਦਾ ਆਪਣੇ ਉਸਤਾਦ ਨੂੰ ਭੁੱਲ ਜਾਂਦਾ ਨਾ ਭਾਈ ਉਹ ਬੰਦਾ ਨਹੀਂ ਹੁੰਦਾ ਅੱਛਾ ਜੀ ਇਸ ਟਾਈਮ ਤੁਸੀਂ ਯਾਨੀ ਕਿ ਤੁਹਾਡੇ ਤੁਸੀਂ ਝੌਂਪੜੀ ਵਗੈਰਾ ਛੱਡੀ ਤੇ ਤੁਸੀਂ ਆਪਣੇ ਮਕਾਨਾਂ ਵਾਲੇ ਤੇ ਕੀ ਮਹਿਸੂਸ ਹੁੰਦਾ ਸੀ ਤੁਹਾਨੂੰ ਹੁਣ ਭਾਈ ਜ਼ਿੰਦਗੀ ਬੜੀ ਅੱਛੀ ਮਹਿਸੂਸ ਹੁੰਦੀ ਹੈ ਕਿ بارش ਪੈਂਦੀ ਇੱਕ ਚੁੱਲੀ ਜਿਹੜੀ ਨਾ ਕੁੱਲੀ ਪੈ ਜਾਂਦੀ ਪਾਣੀ ਪੂਣੀ ਵੜ ਜਾਂਦਾ ਹੈ ਕਮ ਤੇ ਹੁਣ ਵੀਰ ਇਨਸ਼ਾਅੱਲਾ ਰੱਬ ਨੇ ਮਕਾਨ ਪੁਆਏ ਅੱਲਾ ਦਾ ਬੜਾ ਸ਼ੁਕਰ ਆਂਦੀ ਜ਼ਿਆਦਾ ਹੁਣ ਵਿਚਾਰੋ ਅਸੀਂ ਵੀ ਰੱਬ ਨੇ ਸਾਨੂੰ ਵੀ ਛੱਤ ਦੇ ਦਿੱਤੀ ਹੈ ਮਕਾਨ ਸੋਹਣੇ ਪਾਏ ਭਾਈ ਅੱਛਾ ਭਾਈ ਮੈਨੂੰ ਇਹ ਦੱਸੋ ਵੀ ਸ਼ੌਕਤ ਅਲੀ ਤੋਂ ਲੈ ਕੇ ਸ਼ੌਕਤ ਸਪਾ ਵਾਲੇ ਤੱਕ ਕਿੰਨੀ ਕੁ ਮਿਹਨਤ ਤੁਹਾਨੂੰ ਕਰਨੀ ਪਈ ਮਿਹਨਤ ਤਾਂ ਪਾਈ ਫਿਰ ਕਰਨੀ ਪੈਂਦੀ ਹੈ ਖੇਡਣੀ ਹੈ ਫਿਰ ਮਿਹਨਤ ਕਰਨੀ ਹੀ ਖੇਡਣੀ ਹੈ ਨਾ ਤੇ ਮਿਹਨਤ ਪਾਈ ਕੀਤੀ ਹੈ ਤੇ ਰੱਬ ਨੇ ਇੱਜ਼ਤ ਵੀ ਦਿੱਤੀ ਆ ਸਹੀ ਤੇ ਰੱਬ ਨੇ ਫਲ ਵੀ ਲਾਇਆ ਵਾ ਇੱਜ਼ਤ ਵੀ ਦਿੱਤੀ ਸ਼ਰਤ ਵੀ ਦਿੱਤੀ ਰੱਬ ਨੇ ਬੜਾ ਹੀ ਸਾਨ ਰੱਬ ਦੀ ਜ਼ਾਤ ਆ ਅੱਛਾ ਕੀ ਮਹਿਸੂਸ ਹੁੰਦਾ ਯਾਨੀ ਕਿ ਜਿਸ ਟਾਈਮ ਲੋਕ ਕਹਿੰਦੇ ਕਿ ਯਾਰ ਸ਼ੌਕਤ ਸਪਾ ਲਾ ਗਏ ਆ ਤੁਸੀਂ ਆਪਣੀ ਵੀਡੀਓ ਦੇਖਦੇ ਹੋ ਟੀਵੀ ਤੇ ਦੇਖਦੇ ਹੋ ਜਾਂ ਕਿਸੇ ਵੀ ਮੋਬਾਈਲ ਦੇ ਉੱਪਰ ਦੇਖਦੇ ਹੋ ਕੀ ਮਹਿਸੂਸ ਹੁੰਦਾ ਉਸ ਟਾਈਮ ਭਾਈ ਬੜੀ ਖੁਸ਼ੀ ਮਹਿਸੂਸ ਹੁੰਦੀ ਆ ਉਹ ਵਕਤ ਯਾਦ ਆ ਜਾਂਦਾ ਜਦੋਂ ਤੁਸੀਂ ਪੈਸੇ ਲੁੱਟਦੇ ਹੁੰਦੇ ਸੀ ਜਾਂ ਬਰਾਤਾਂ ਉੱਪਰ ਜਾਂਦੇ ਹੁੰਦੇ ਸੀ ਹਾਂਜੀ ਉਹ ਵਕਤ ਬੜਾ ਬਹੁਤ ਯਾਦ ਆਉਂਦਾ ਭਾਈ ਕਿਦਾਂ ਕੋ ਪਈ ساری ਤਸਵੀਰ ਜ ਮੈਨੂੰ ਨਹੀਂ ਪਤਾ ਕਿ ਮੋਬਾਈਲ ਟੱਚ ਕਿਦਾਂ ਚੱਲਦਾ ਤੇ ਅੱਜ ਭਾਈ ਮੋਬਾਈਲ ਵੀ ਕੋਲ ਸਾਰਾ ਕੁਝ ਰੱਬ ਨੇ ਹਰਸ਼ਾ ਦਿੱਤੀ ਹੈ ਵੀਰ ਸਹੀ ਹਾਂਜੀ ਅੱਛਾ ਅਗਰ ਅੱਜ ਵਾਲਦਿਆਂ ਤੁਹਾਡੇ ਹੁੰਦੇ ਤੇ ਤੁਹਾਨੂੰ ਕੀ ਮਹਿਸੂਸ ਹੋਣਾ ਸੀ ਤੇ ਉਹਨਾਂ ਨੂੰ ਤਾਂ ਖੁਸ਼ੀ ਹੋਣੀ ਸੀ ਹਾਂਜੀ ਬੜੀ ਖੁਸ਼ੀ ਮਹਿਸੂਸ ਹੋਣੀ ਕਿ ਤੁਹਾਡੇ ਵਾਲਦ-ਵਾਲਦਾ ਜਿੰਦੇ ਆ ਜੀ ਨਾ ਭਾਈ ਉਦਾਂ ਹੀ ਬਹੁਤ ਅੱਛੀ ਜ਼ਿੰਦਗੀ ਕਿਉਂ ਕਰੀ ਦੁੱਖ ਮਹਿਸੂਸ ਹੋਣ ਨਹੀਂ ਦਿੱਤਾ ਹੀ ਵਾਲਦਾਂ ਨੇ ਨਾ ਵਾਲ ਜਦੋਂ ਵਾਲਦਾ ਵਾਲਾ ਸਾਹਿਬ ਨਹੀਂ ਹੈਗੇ ਤੇ ਭਾਈ ਬੜੇ ਉਹਨਾਂ ਦੀ ਘਾਟ ਮਹਿਸੂਸ ਹੁੰਦੀ ਹੈ ਬਹੁਤ ਜ਼ਿਆਦਾ ਹੈ ਅੱਛਾ ਤੁਸੀਂ ਕਦੀ ਹੁਣ ਆਪਣੇ ਜਿਹੜੇ ਦੂਸਰੇ ਖਾਨਾ ਬਤੋਸ਼ ਆ ਉਹਨਾਂ ਨੂੰ ਕਦੀ ਇਸ ਚੀਜ਼ ਵੱਲ ਲੈ ਕੇ ਆਏ ਹੋ ਕੋਸ਼ਿਸ਼ ਕੀਤੀ ਹੈ ਕਿ ਮੇਰੇ ਤਰ੍ਹਾਂ ਵੀ ਖੇਲਣ ਔਰ ਸਾਡੇ ਜਿਹੜੇ ਖਾਨਦਾਨ ਆ ਇਸ ਦੀ ਰੌਰੀ ਖਤਮ ਹੋ ਜਾਵੇ ਹਾਂਜੀ ਵੱਡਾ ਭਾਈ ਹੈਗਾ ਯੋ ਗੰਦੇ ਮੁੰਡੇ ਆਪਣੇ ਖੜਾਉਣੇ ਆ ਮੈਂ ਸਿਰਗੇਤ ਪਾਉਣੇ ਤੇ ਰੈਂਜ ਕਰਨਾ ਮੈਂ ਉਹਨੂੰ ਕਿਹਾ ਭਾਈ ਮੇਰੇ ਨਹੀਂ ਮੇਰੇ ਉਸਤਾਦ ਦੇ ਪਾਲ ਹਾਂਜੀ ਹਾਂਜੀ ਕਿਉਂ ਵੀਰ ਜਿਹੜਾ ਮੇਰਾ ਉਸਤਾਦ ਹੈ ਨਾ ਉਹਨੂੰ ਕੋ ਅੱਲਾਹ ਨੂੰ ਹੀ ਐਸੀ ਕੋਈ ਸ਼ਰਫ ਹੈ ਕਿਉਂ ਮੇਰਾ ਉਸਤਾਦ ਹੈਗਾ ਪੁੱਲਾ ਪਾਲਾ ਜੀ ਹਾਂਜੀ ਉਨ ਨੂੰ ਨਿਆਗੀ ਦੁਨੀਆ ਕੀ ਇਹ ਨਹੀਂ ਉਹਨੇ ਜਿਹੜਾ ਉਹਦੇ ਕੋਲ ਆ ਜਾਣਾ ਉਹਨੂੰ ਪ੍ਰਾਈ ਉਹਨੇ ਪਲੇਅਰ ਬਣਾ ਕੇ ਕਰਨਾ ਗਰਾਊਂਡ 'ਚ ਅੱਛਾ ਸਿੱਧੇ ਦੇ ਬੰਦੇ ਉਸਤਾਦ ਸਾਡਾ ਸਹੀ ਅੱਛਾ ਇਹ ਦੱਸੋ ਕਿ ਇਸ ਟਾਈਮ ਬਹੁਤ ਸਾਰੇ ਨੌਜਵਾਨ ਸਾਡੇ ਜਿਹੜੇ ਪੜ੍ਹੇ ਲਿਖੇ ਸਾਡੇ ਮਾਹੌਸਰੇ ਦੇ ਵਿੱਚ ਲੋਕ ਉਹ ਵੀ ਇਹਦੇ ਇਨਾਂ ਦੇ ਨਾਲ ਸ਼ਾਮਲ ਆ ਜਿਹੜੇ ਕਿ ਨੁਖਾਨਾ ਬਤੋਸ ਜਿਨ੍ਹਾਂ ਨੂੰ ਇਨਾਂ ਸ਼ੌਅਰ ਕੋਈ ਨਹੀਂ ਕਿ ਅੱਜ ਸ਼ੌਕਤ ਅਲੀ ਸ਼ੌਕਤ ਸਪਾਲਾ ਪੂਰੀ ਦੁਨੀਆ ਦੇ ਵਿੱਚ ਮਸ਼ਹੂਰ ਹੋ ਗਿਆ ਉਹਨਾਂ ਵਾਸਤੇ ਕੀ ਪੇਗਾਮ ਦੇਣਾ ਚਾਹੋਗੇ ਨਵਾਸ ਵੀ ਰਹੇ ਹੀ ਮੁਕਾਮ ਆ ਕਿ ਪਾਈ ਆਪਣਾ ਕੰਮ ਛੱਡ ਦੇਣ ਠੀਕ ਹੈ ਚੰਗੇ ਰਾਹ ਤੇ ਆਣ ਆਪਣੀ ਮਿਹਨਤ ਮਜ਼ਦੂਰੀ ਕਰਨ ਆਪਦੇ ਬੱਚਿਆਂ ਨੂੰ ਕੋਟੀ ਖੜਾਣ ਕਿਉਂ ਭਾਈ ਕਬੱਡੀ 'ਚ ਬੜੀ ਇੱਜ਼ਤ ਆ ਰੱਬ ਬਹੁਤ ਹੀ ਜ਼ਿਆਦਾ ਇੱਜ਼ਤ ਦਿੰਦਾ ਦੇਖਦੇ ਚੀਜ਼ ਅੱਛੀ ਹੈ ਇੱਕ ਬੰਦਾ ਸੌਂਪ ਰਿਆਈ ਤੋਂ ਬਾਅਦ ਜਾਂਦਾ ਵੀਰ ਸਹੀ चलो जी बहुत शुक्रिया जी तो नाजिन ने शौकत भाई की जो गुफ्तु थी वो आपने सुनी अल्लाह ताला ने कैसे जो है वो एक कुल्ली से उठा के एक अच्छे मकान के अंदर जो है वो इनको बिठा दिया और इस वक्त जो है वो पाकिस्तान के अंदर ही नहीं बल्कि पूरी दुनिया के अंदर जो है वो शौकत सांपू वाला मशहूर है और इनके चाहने वाले जो हैं वो बेशुमार हैं और बहुत सारे जो लोग हैं इस वक्त हमें जो है वो देख रहे हैं जिसके अंदर हमारे लोकल जो है लोग वो भी और हमारे जो मुहाजर है और इसके अंदर जो है वो सा, इनके साथ साथ जो है वो खाना बतोश जिन लोगों को जो है वो शौकत अली की तरफ़ देख कर सबक हासिल कर लेना चाहिए कि किस तरह से जो है वो एक आ, बरते जो है वो लूटने वाला इंसान मेहनत करके जो है वो आज एक ऐसे मकाम पर पहुंच चुका है कि पूरी दुनिया जो है वो आज इनको पसंद कर रही है अपने बच्चों का वक़्त ज़ाया ना करें अगर वो बच्चे पढ़ना नहीं चाहते तो लाजमन जो है वो किसी ना किसी खेल के अंदर लाजमी लेकर कर आएँ इससे जो है वो ना सिर्फ उनकी सेहत के अंदर जो है वो बेहतरी आएगी और ये सिर्फ खेल जो है वो खेल की हद तक नहीं होता बल्कि ज़िंदगी के अंदर बहुत सारे कामयाबी के जो मौाक़ हैं वो आपको